ਸੱਤ ਤੋਂ ਸੁਖਵਿੰਦਰ ਸਿੰਘ ਆਏ ਹੈ ਉਹ ਕੋਈ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਆ ਉਹ ਤੁਹਾਡੇ ਨਾਲ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਮਾਈਕ ਤੇ ਆਉਣ ਇੱਕ ਸਾਡੇ ਵੀਰ ਬੇਦੀ ਫਾਊਂਡੇਸ਼ਨ ਦੇ ਵੱਲੋਂ KFC ਵਿੱਚ 90 ਘੜੇ 90 ਕਸ਼ਹਿਰੇ ਅਤੇ 50 ਤੌਲੀਏ 95 ਬਨੈਣਾ ਵੰਡੀਆਂ ਗਈਆਂ ਇਹਨਾਂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਵੀਰ ਸੁਖਵਿੰਦਰ ਨੂੰ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਉਹਨਾਂ ਤੋਂ ਅੱਗੇ ਬਿੱਲਾ ਵੜੈਚ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ ਦੁਨੀਆ ਦੇ ਸਭ ਤੋਂ ਵੱਡੇ ਅਤੇ ਸ਼ਾਂਤਮਈ ਅੰਦੋਲਨ ਦੀ ਧਰਤੀ ਤੇ ਇਕੱਠੇ ਹੋਏ ਭਾਰਤ ਦੇ ਕੋਨੇ ਕੋਨੇ ਤੋਂ ਆਏ ਸਤਿਕਾਰਯੋਗ ਬਜ਼ੁਰਗ ਸਵਾਨ ਜੁਝਾਰੂ ਨੌਜਵਾਨ ਵੀਰੋ ਸਤਿਕਾਰਯੋਗ ਮਾਵਾਂ ਅਤੇ ਭੈਣਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਵਾਲੇਕੁਮ ਅੱਜ ਅਸੀਂ ਸਾਂਝੀ ਸੱਥ ਵੱਲੋਂ ਇੱਕ ਅੰਦੋਲਨ ਵਿੱਚ ਮੁਹਿੰਮ ਸ਼ੁਰੂ ਕੀਤੀ ਹੈ ਉਹ ਮੁਹਿੰਮ ਦਾ ਮੁੱਖ ਕਾਰਨ ਡਿਸਪੋਜ਼ਲ ਪਲੇਟਾਂ ਦਾ ਏ ਸਾਡੇ ਸੰਘੂ ਬਾਰਡਰ ਤੇ 200 ਤੋਂ ਜ਼ਿਆਦਾ ਲੰਗਰ ਲੱਗੇ ਹੋਏ ਨੇ ਸੋ ਉਹਨਾਂ ਲੰਗਰਾਂ ਵਾਲਿਆਂ ਬਾਬਿਆਂ ਨਾਲ ਜਦ ਅਸੀਂ ਬੈਠ ਕੇ ਗੱਲਬਾਤ ਕੀਤੀ ਜਿਹੜੇ ਵੱਡੇ ਲੰਗਰ ਨੇ 30 ਤੋਂ 35,000 ਦੇ ਕਰੀਬ ਉੱਥੇ ਹਰ ਰੋਜ਼ ਡਿਸਪੋਜ਼ਲ ਪਲੇਟਾਂ ਲੱਗ ਰਹੀਆਂ ਨੇ ਉਹ ਇੱਕ ਸਾਡੇ ਅੰਦੋਲਨ ਵਿੱਚ ਵੱਡਾ ਖਰਚੇ ਦਾ ਕਾਰਨ ਬਣ ਰਿਹਾ ਏ ਜਦੋਂ ਇੱਕ ਅਸੀਂ ਲੰਗਰ ਵਾਲੇ ਬਾਬਾ ਜੀ ਨਾਲ ਬੈਠ ਕੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਲੰਗਰ ਦਾ 3 ਮਹੀਨਿਆਂ ਦੇ ਵਿੱਚ 3.25 ਕਰੋੜ ਰੁਪਇਆ ਖਰਚਾ ਆ ਚੁੱਕਿਆ ਏ ਇਹ ਅੰਦੋਲਨ ਦੀ ਕੋਈ ਮਿਤੀ ਹਜੇ ਤੱਕ ਸਥਿਤ ਨਹੀਂ ਕੀਤੀ ਕਿ ਕਿੱਡਾ ਲੰਬਾ ਜਾਊਗਾ ਸੋ ਆਉਣ ਵਾਲਿਆਂ ਦਿਨਾਂ ਵਿੱਚ ਸਾਨੂੰ ਆਪਣਿਆਂ ਲੰਗਰਾਂ ਵਿੱਚ ਖਰਚੇ ਦੀ ਘਾਟ ਨੂੰ ਦੇਖਦਿਆਂ ਹੋਇਆਂ ਵਾਹਿਗੁਰੂ ਦੀ ਕਿਰਪਾ ਨਾਲ ਲੰਗਰਾਂ ਦੀ ਕਮੀ ਨਹੀਂ ਹੈ ਪਰ ਸਾਨੂੰ ਖਰਚਾ ਆਪਣੇ ਲਿਮਿਟ ਨਾ ਕਰਨਾ ਪੈਣਾ ਏ ਉਹਦੇ ਵਿੱਚ ਸਾਂਝੀ ਸੱਥ ਦੀ ਟੀਮ ਵੱਲੋਂ ਇੱਕ ਕਿੱਟ ਤਿਆਰ ਕੀਤੀ ਹੈ ਕਿੱਟ ਦੇ ਵਿੱਚ ਇੱਕ ਬਾਟਾ ਏ ਇੱਕ ਗਲਾਸ ਹੈ ਤੇ ਇੱਕ ਚਮਚਾ ਏ ਇਹ ਕਿੱਟ ਅਸੀਂ ਹਮੇਸ਼ਾ ਆਪਣੇ ਕੋਲ ਰੱਖਦੇ ਹਾਂ ਜਦੋਂ ਲੰਗਰਾਂ 'ਚ ਜਾਂਦੇ ਹਾਂ ਬਾਟੇ ਵਿੱਚ ਲੰਗਰ ਪਵਾ ਕੇ ਛਕਦੇ ਹਾਂ ਅਤੇ ਗਲਾਸ ਵਿੱਚ ਲੱਸੀ ਜਾਂ ਚਾਹ ਦੀ ਵਰਤੋਂ ਕਰਦੇ ਹਾਂ ਮੈਂ ਸਾਰੇ ਹੀ ਅੰਦੋਲਨਕਾਰੀ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਆਪਣਿਆਂ ਘਰਾਂ ਤੋਂ ਇੱਕ ਬਾਟੀ ਅਤੇ ਇੱਕ ਗਲਾਸ ਤੇ ਚਮਚੇ ਦੀ ਸ਼ੁਰੂਆਤ ਕਰੀਏ ਡਿਸਪੋਜ਼ਲ ਪਲੇਟਾਂ ਇੱਕ ਸਾਡੀ ਬਿਮਾਰੀ ਦਾ ਵੱਡਾ ਕਾਰਨ ਹੈ ਜੋ ਪਿਛਲਿਆਂ ਦਿਨਾਂ ਵਿੱਚ ਬਜ਼ੁਰਗਾਂ ਦੀਆਂ ਡੈਥਾਂ ਹੋਈਆਂ ਨੇ ਇਹ ਡਿਸਪੋਜ਼ਲ ਪਲੇਟਾਂ ਵੀ ਮੁੱਖ ਕਾਰਨ ਬਣ ਗਈਆਂ ਨੇ ਜਦੋਂ ਵੀ ਸਾਡੇ ਬਜ਼ੁਰਗ ਜਾਂ ਨੌਜਵਾਨ ਇਹ ਡਿਸਪੋਜ਼ਲ ਦੇ ਵਿੱਚ ਭੋਜਨ ਜਾਂ ਚਾਹ ਛਕਦੇ ਨੇ ਅਕਸਰ ਹੀ ਟਰਾਲੀਆਂ ਦੇ ਥੱਲੇ ਸਿੱਟ ਦਿੰਦੇ ਨੇ ਉੱਤੇ ਜਦੋਂ ਟਰਾਲੀਆਂ ਥੱਲੇ ਸਿੱਟਦੇ ਹਾਂ ਉੱਥੇ ਮੱਛਰ ਮੱਖੀ ਦਾ ਇੱਕ ਕਾਰਨ ਵੱਡਾ ਹੋ ਜਾਂਦਾ ਉਹ ਸਾਡੇ ਲਈ ਇੱਕ ਮੁਸੀਬਤ ਦਾ ਘਰ ਹੈ ਸੋ ਇਹਨੂੰ ਦੇਖਦਿਆਂ ਹੋਇਆਂ ਇੱਕ ਤਾਂ ਅਸੀਂ ਡਿਸਪੋਜ਼ਲ ਦੀ ਕਮੀ ਭਰ ਸਕਦੇ ਹਾਂ ਅੰਦੋਲਨ ਵਿੱਚ ਆਪਣੇ ਬਰਤਨ ਯੂਜ ਕਰਨ ਨਾਲ ਦੂਜੇ ਅਸੀਂ ਅੰਦੋਲਨ ਨੂੰ ਸਾਫ਼ ਸੁਥਰਾ ਸਕ ਰੱਖਦੇ ਹਾਂ ਸਾਡੀਆਂ ਬੀਬੀਆਂ ਨੇ ਘੜੇ ਚੱਕੇ ਨੇ ਇਹ ਘੜੇ ਚੱਕਣ ਦਾ ਸੰਦੇਸ਼ ਇਹ ਹੈ ਕਿ ਸਾਡੇ ਅੰਦੋਲਨ ਦੇ ਵਿੱਚ ਕਰੀਬ 100 ਦੇ ਇੱਥੇ ਬੋਰ ਹੋ ਗਏ ਨੇ ਖਾਲਸਾ ਏਡ ਵਰਗੀਆਂ ਮਹਾਨ ਸੰਸਥਾ ਨੇ RO ਸਿਸਟਮ ਲਵਾ ਦਿੱਤੇ ਨੇ ਹੋਰ ਲੰਗਰ ਵਾਲਿਆਂ ਵੀਰਾਂ ਨੇ ਸਪੈਸ਼ਲ ਪਾਣੀ ਦੀਆਂ ਜੋ ਸੇਵਾਵਾਂ ਨਿਭਾਉਂਦੇ ਨੇ ਉਹਨਾਂ ਨੇ RO ਸਿਸਟਮ ਲਵਾ ਦਿੱਤੇ ਨੇ ਅਸੀਂ ਆਪਣੀਆਂ ਟਰਾਲੀਆਂ ਦੇ ਵਿੱਚ ਘੜੇ ਰੱਖੀਏ ਘੜਿਆਂ ਦੇ ਵਿੱਚ ਪਾਣੀ ਪਾ ਕੇ ਰੱਖੀਏ ਤੇ ਪਾਣੀ ਇੱਕ ਤਾਂ ਠੰਡਾ ਰਹੂਗਾ ਤੇ ਦੂਜਾ ਫਿਲਟਰ ਵੀ ਰਹੂਗਾ ਮੈਂ ਸਾਰਿਆਂ ਹੀ ਵੀਰਾਂ ਅੱਗੇ ਇਹ ਬੇਨਤੀ ਕਰੂੰਗਾ ਅੰਦੋਲਨ ਕੋਈ ਲਿਮਿਟ ਨਹੀਂ ਹੈ ਕਿੰਨਾ ਵੱਡਾ ਜਾਊਗਾ ਇਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਣੇ ਕੋਲ ਇੱਕ ਝੋਲਾ ਰੱਖੋ ਜਦੋਂ ਸਾਡੇ ਗੁਰੂ ਸਾਹਿਬਾਨ ਜੰਗਾਂ ਲੜਦੇ ਹੁੰਦੇ ਸੀ ਤਾਂ ਉਹਨਾਂ ਦਾ ਯੋਧਿਆਂ ਕੋਲ ਇੱਕ ਬਾਟਾ ਹੁੰਦਾ ਸੀ ਤੇ ਗਲਾਸ ਹੁੰਦੇ ਸੀ ਅਕਸਰ ਉਹਨਾਂ ਦੇ ਵਿੱਚ ਘੋਲ ਲੜੇ ਜਾਂਦੇ ਨੇ ਅਸੀਂ ਆਪਣੇ ਖਰਚੇ ਨੂੰ ਮੱਦੇਨਜ਼ਰ ਰੱਖਦਿਆਂ ਅਜੇ ਮੁਹਿੰਮ ਸ਼ੁਰੂ ਕੀਤੀ ਹੈ ਜਿੰਨੇ ਵੀ ਵੀਰ ਇਹ ਲਿਆ ਸਕਦੇ ਨੇ ਉਹ ਸਹੀ ਹੈ ਜਿਹੜੇ ਕੋਈ ਨਹੀਂ ਲਿਆ ਸਕਦਾ
ਉਹ ਕੇਐਫਸੀ ਦੇ ਥੱਲੇ ਸਾਂਝੀ ਸੱਥ ਲੱਗੀ ਹੋਈ ਹੈ, ਉੱਥੇ ਆ ਕੇ ਤੁਸੀਂ ਸਾਨੂੰ ਦੱਸ ਦਿਓ, ਅਸੀਂ ਤੁਹਾਡੀ ਟਰਾਲੀ ਟਰਾਲੀ 'ਚ ਇੰਤਜ਼ਾਮ ਕਰ ਦੇਵਾਂਗੇ। ਅੱਜ ਸਾਡਾ ਮੁੱਖ ਕਾਰਨ ਸਫਾਈ ਦਾ, ਗਟਰਾਂ ਦੇ ਵਿੱਚ ਡਿਸਪੋਜ਼ਲ ਪਲੇਟਾਂ ਨਾਲ ਫੁੱਲ ਹੋ ਚੁੱਕੇ ਨੇ, ਉਹ ਸਾਡੇ ਲਈ ਜਦੋਂ ਮੀਂਹ ਬਾਰਿਸ਼ ਆਊਗੀ ਉਹ ਪ੍ਰੋਬਲਮ ਦਾ ਕਾਰਨ ਬਣੂਗਾ। ਸੂਝਵਾਨ ਇਹ ਸਿੱਖ ਕੌਮ, ਇਹ ਕਿਰਤੀ ਉੱਠ ਕੇ ਆਏ ਨੇ, ਜਿਹੜੀਆਂ 2 ਮਹੀਨੇ ਨੂੰ ਸਾਨੂੰ ਪ੍ਰੋਬਲਮਾਂ ਆਉਣੀਆਂ ਨੇ ਉਹਨਾਂ ਦਾ ਹੱਲ ਅੱਜ ਕਰ ਰਹੇ ਹਾਂ। ਜੇ ਹੱਲ ਨਾ ਕੀਤਾ ਹੁਣ ਅਸੀਂ ਤਾਂ ਉਹੀ ਡਿਸਪੋਜ਼ਲ ਪਲੇਟਾਂ ਸਾਡਿਆਂ ਨਾਲਿਆਂ ਵਿੱਚ ਓਵਰਫਲੋ ਹੋ ਕੇ ਪਾਣੀ ਸਾਡਿਆਂ ਤੰਬੂਆਂ ਵਿੱਚ ਆਊਗਾ, ਉਹ ਸਾਡੇ ਲਈ ਇੱਕ ਪ੍ਰੋਬਲਮ ਦਾ ਘਰ ਬਣ ਸਕਦਾ ਹੈ। ਸੋ ਸਾਰਿਆਂ ਵੀਰਾਂ ਅੱਗੇ ਬੇਨਤੀ ਹੈ ਕਿ ਆਪਣੇ ਆਪਣੇ ਕੋਲ ਇੱਕ ਬਾਟਾ, ਇੱਕ ਗਲਾਸ, ਚਮਚਾ ਤੇ ਇੱਕ ਕਿਟਲੋ ਅਸੀਂ ਤਿਆਰ ਕੀਤੀ ਹੈ। ਇਹ ਤਕਰੀਬਨ 120 ਰੁਪਏ ਦੀ ਤਿਆਰ ਹੋਈ ਹੈ। ਜੇ ਕੋਈ ਵੀਰ ਨਹੀਂ ਕਰ ਸਕਦਾ ਉਹ ਸਾਂਝੀ ਸੱਤ ਕੋਲ ਆਵੇ ਤੇ ਸਾਨੂੰ ਦੱਸੇ, ਅਸੀਂ ਉਹਨਾਂ ਲਈ ਇਹ ਤਿਆਰ ਕਰਕੇ ਦੇਵਾਂਗੇ। ਧੰਨਵਾਦ। ਲਾਸਟ ਵਿੱਚ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।